ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਨੀਲਮ ਕੁਈਨ ਪ੍ਰਾਈਮ ਹਾਸੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਜਲਦੀ ਜਲਦੀ ਕਮੈਂਟ ਕਰਕੇ ਦੱਸ ਦਿਓ ਕਿ ਤੁਸੀਂ ਪ੍ਰੋਗਰਾਮ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ। ਤੁਸੀਂ ਇਹ ਗਾਣਾ ਤਾਂ ਸਾਰਿਆਂ ਨੇ ਸੁਣਿਆ ਹੀ ਆ ਕਿ ਪਿਓ ਪੁੱਤ ਦੀਆਂ ਹੁੰਦੀਆਂ ਨੇ ਯਾਰੀਆਂ, ਆ ਜਾ ਬਾਪੂ ਪਾਈਏ ਭੰਗੜੇ। ਸਟੂਡੀਓ ਦੇ ਵਿੱਚ ਪਿਓ ਪੁੱਤ ਬੈਠੇ ਆ, ਪਰ ਇਹ ਭੰਗੜੇ ਪਾਉਣ ਨੂੰ ਨਹੀਂ ਤਿਆਰ ਹੈਗੇ। ਇਹ ਲੜੀ ਜਾ ਰਹੇ। ਇਹਨਾਂ ਦਾ ਮਸਲਾ ਕੀ ਆ, ਇਹਨਾਂ ਨੂੰ ਪੁੱਛਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਹੀਂ, ਸਤਿ ਸ਼੍ਰੀ ਅਕਾਲ ਬੋਚਨ, ਨਾਲੇ ਦੇਖ ਕਿ ਇੱਡੇ ਪਿਆਰ ਨਾਲ ਬੋਲੇ ਤੇ ਲੜਾਈ ਹੋਵੇ। ਨਹੀਂ ਪਰ ਮੈਨੂੰ ਬਾਪੂ ਜੀ ਇਹ ਤਾਂ ਦੱਸੋ ਕਿ ਮਸਲਾ ਹੈ ਕਿ ਤੁਸੀਂ ਬੈਠੇ ਵੀ ਲੜੀ ਜਾਂਦੇ ਸੀ, ਮਸਾ ਚੁੱਪ ਕਰਾ ਕੇ ਮੈਂ ਇੰਟਰੋਡਕਸ਼ਨ ਦਿੱਤੀ ਆ। ਨਹੀਂ, ਇਹਨੂੰ ਪੁੱਛ, ਇਹਨੂੰ ਕੀ ਤਕਲੀਫ ਹੈ ਮੇਰੇ ਤੋਂ? ਕੀ ਤਕਲੀਫ ਆ ਉਧਰੋਂ? ਮਸਲਾ ਬੋਲ ਜਾ। ਨਹੀਂ, ਮੈਂ ਤਾਂ ਮੈਡਮ ਜੀ ਕੁਛ ਨਹੀਂ, ਮੈਂ ਤਾਂ ਸਿਰਫ ਇਹਨਾਂ ਕਿਹਾ ਵੀ ਬਾਪੂ ਮੇਰੇ ਕਹਿਣ ਤੇ ਤੂੰ ਵੋਟ ਪਾ ਦੇ। ਚਲੋ ਪਾਉਣੀ ਹੈ। ਇਹਨੂੰ 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 ਮੇਰੀ ਆ ਉਂਗਲ ਨਾਲ ਤਕਲੀਫ ਆ, ਆ ਵਾਲੀ ਨਾ। ਮੈਂ ਉਹ ਜਾਈ ਜਾਨੀ ਦਾ ਕੱਦ ਲੈ ਕੇ ਆ, ਜੰਦੀ ਵੱਧਦੇ ਨਹੀਂ ਤਾਂ ਇੱਥੇ ਜੰਦੀ ਵੱਧਦੇ, ਪਰ ਉਂਗਲੀ ਤੋਂ ਕਿਸੇ ਨੂੰ ਓਏ ਤੇ ਟਿੱਕਾ ਨਹੀਂ ਲੱਗਣਾ, ਵੋਟ ਪਈ ਇੱਥੇ। ਮੈਡਮ ਜੀ ਉਹ ਤਾਂ ਨਿਸ਼ਾਨ ਲੱਗਦਾ ਵੋਟ ਤੇ, ਮੈਂ ਕਿ ਆਪਣੀ ਉਂਗਲ ਗੰਜੀ ਕਰਾਵਾਂ। ਆ ਉਹਨੂੰ ਪ੍ਰਾਊਡ ਫੀਲ ਕਰਦੇ ਸਾਰੇ ਸੈਲੀਬ੍ਰਿਟੀਜ਼। ਮੈਂ ਜੀ ਪ੍ਰਾਊਡ ਕਰ ਕੇ ਜੋ ਵੀ ਹੈਗਾ, ਮੈਂ ਨਹੀਂ ਸਾਰੇ ਮਤਲਬ ਕਿ ਪ੍ਰਾਊਡ ਫੀਲ ਕਰਦੇ ਅਸੀਂ ਵੋਟ ਪਾਇਆ ਆ, ਸਾਰੇ ਫੋਟੋਆਂ ਵੀ ਪਾਉਂਦੇ ਸੋਸ਼ਲ ਮੀਡੀਆ ਤੇ। ਤੁਸੀਂ ਕੀ ਗੰਦੀ ਥੋੜਾ ਹੁੰਦੀ ਇਹ? ਮੈਡਮ ਜੀ ਤੁਸੀਂ ਗਲਤ ਜਗ੍ਹਾ ਮੱਥਾ ਮਾਰਨੇ। ਮੈਨੂੰ ਇੱਕ ਗੱਲ ਦੱਸ ਬਾਪੂ, ਅੱਜ ਤੱਕ ਇਹ ਉਂਗਲ ਕਿੱਥੇ ਤੇਰੇ ਕੰਮ ਆਈ? ਆਈ ਕਿਤੇ ਕੰਮ? ਇੰਨੀ ਉਮਰ ਤੇਰੀ ਹੋ ਚੱਲੀ ਆ, ਵੱਧ ਤੋਂ ਵੱਧ ਕਿੱਥੇ ਕੰਮ ਆਊਗੀ? ਸ਼ੂਗਰ ਦਾ ਟੈਸਟ ਕਰਾ ਲੂਗਾ, ਉਹ ਵੀ ਉਹਨਾਂ ਤੇਰਾ ਲਹੂ ਐਂ ਕਰਕੇ ਕੱਢਣਾ, ਦੇਣਾ ਤੈਨੂੰ ਕੁਝ ਨਹੀਂ। ਕਿਉਂ ਨਹੀਂ ਰਿਪੋਰਟ ਨਹੀਂ ਦਿੰਦੇ ਅਗਲੇ? ਆਇਓ ਮੇਰੇ ਰੱਬਾ, ਰਿਪੋਰਟ ਤੇ ਉਹਨਾਂ ਦੱਸ। ਉਹ ਮੇਰੀ ਗੱਲ ਸੁਣ ਬਾਪੂ, ਕਿੱਥੇ ਕਿੱਥੇ ਕੰਮ ਆਈ? ਮੈਡਮ ਜੀ ਵੱਧ ਤੋਂ ਵੱਧ ਇਹਨੇ ਆਪਣੀ ਇਸ ਉਂਗਲ ਦਾ ਇਸਤੇਮਾਲ ਕੀਤਾ ਨੱਕ 'ਚ, ਅੱਖਾਂ 'ਚ, ਕੰਨ 'ਚ। ਨਹੀਂ ਇੱਕ ਜਗ੍ਹਾ 'ਚ ਨਹੀਂ ਕੀਤਾ, ਉੱਥੇ ਵੀ ਕਰ ਲੈਣਾ ਚਾਹੀਦਾ ਸੀ। ਜਦੋਂ ਜੰਮਿਆ ਸੀ ਇਹਦੇ ਸੰਘੇ 'ਚ ਮਾਰਨੀ ਸੀ ਮੈਂ ਉਂਗਲ, ਅੱਜ ਬੋਲਦਾ ਤਾਂ ਨਹੀਂ ਹੈ। ਪਰ ਬਾਪੂ ਜੀ ਜੋ ਮਰਜ਼ੀ ਆ, ਮੁੰਡਾ ਤੁਹਾਡਾ ਬਿਲਕੁਲ ਸਹੀ ਕਹਿੰਦਾ, ਵੋਟ ਪਾਉਣੀ ਚਾਹੀਦੀ ਹਰ ਇੱਕ ਨਾਲ। ਮੈਂ ਨਹੀਂ ਪਾਉਣੀ ਪੋਚੇ, ਮੈਂ ਇੰਨੇ ਸਾਲ ਹੋ ਗਏ ਕੀ ਖੱਚੇ ਅਸੀਂ ਵੋਟਾਂ ਪਾ ਕੇ, ਐਰ ਕੀ ਤਾਂ ਮੈਂ ਬਿਲਕੁਲ ਨਹੀਂ ਪਾਉਣੀ, ਅੱਕ ਗਏ ਸੀ ਵੋਟਾਂ ਪਾ ਕੇ, ਕੁਛ ਹੋਇਆ? ਮੈਡਮ ਜੀ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਬੱਬੀ ਪ੍ਰਧਾਨ ਦਾ ਪਿਓ, ਬੱਬੀ ਪ੍ਰਧਾਨ ਦੇ ਕਹਿਣ ਤੇ ਵੋਟ ਨਹੀਂ ਪਾਊਗਾ ਤੇ ਲੋਕ ਕੀ ਕਹਿਣਗੇ ਵੀ ਇਹਦਾ ਤੇ ਇਹਦੀ ਪਿਓ ਨਹੀਂ ਮੰਨਦਾ, ਇਹ ਕੀ ਮੰਨੀਏ? ਬੱਬੀ ਪ੍ਰਧਾਨ ਕਿੱਥੇ ਆ ਤੁਸੀਂ? ਲੈ ਜਾ, ਮੈਨੂੰ ਥੋੜਾ ਪਤਾ ਕਿ ਬੱਬੀ ਪ੍ਰਧਾਨ ਹੈ। ਤੁਸੀਂ ਕਿੱਦਾਂ ਮਹੱਲੇ ਮੁਹੱਲੇ ਦੇ ਪ੍ਰਧਾਨ ਹੋ, ਕਮੇਟੀ ਦੇ ਪ੍ਰਧਾਨ ਹੋ, ਕਿੱਦਾਂ? ਮੈਂ ਦੱਸਦਾ ਇਹ ਉਹ ਪ੍ਰਧਾਨ ਹੈ ਜਿਹਨੂੰ ਕਹਿੰਦੇ ਨਹੀਂ ਉਹ ਪ੍ਰਧਾਨ, ਚੱਲ ਆਪਣਾ ਕੰਮ ਕਰ। ਉਹ ਕਮਾਲ ਹੋ ਗਈ ਬਾਪੂ ਦਾ ਬੇਇੱਜ਼ਤੀ ਤੂੰ ਕਰੀ ਜਾਣ ਰਿਹਾ, ਦੱਸ ਉਹ ਗੱਲ ਹੋਰ ਗੱਲ ਆਪਣੇ ਜਾਣ ਲੈ ਤੂੰ। ਮੈਂ ਕਿਹਾ ਗਾਣਿਆਂ ਵਾਲਾ ਉਹ ਪ੍ਰਧਾਨ, ਉਹ ਮੈਡਮ ਜੀ ਮੈਂ ਉਹ ਪ੍ਰਧਾਨ ਆ ਬਹੁਤਾ ਪ੍ਰਧਾਨ ਨਾ ਬਣ। ਮੈਡਮ ਜੀ ਇੰਨਾ ਮਸ਼ਹੂਰ ਆ ਨਾ ਬੱਬੀ ਪ੍ਰਧਾਨ, ਨਹੀਂ ਕਿੱਦਾਂ ਮੈਨੂੰ ਪਤਾ ਹੀ ਨਹੀਂ ਸੀ, ਮੈਂ ਕਿਹਾ ਖਰੇ ਬਾਹਰ ਕਿਤੇ ਆ। ਮੈਡਮ ਜੀ ਇੰਨੀ ਮਸ਼ਹੂਰੀ ਨਾ ਆਪਾਂ ਜਦੋਂ ਕਿਤੇ ਕੰਮ ਕਰਾਉਣਾ ਨਾ ਜਾਈਏ ਨਾ ਜਿੱਥੇ ਜਾਣ ਪਛਾਣ ਹੈਗੀ ਲੀਡਰਾਂ ਚ, ਕਹਿੰਦਾ ਚੱਲ ਅਫਸਰ ਕੋ, ਉੱਥੇ ਅਫਸਰ ਕੋ ਗਿਆ ਆ, ਉਹਨੇ ਅਫਸਰ ਨੇ ਅੰਦਰ ਗਿਆ ਆ ਅਸੀਂ, ਇਹ ਕਹਿੰਦਾ ਬਾਪੂ ਜੀ ਦੀ ਪੈਨਸ਼ਨ ਲਾ ਦਿਓ। ਉਹਨੇ ਸਾਡੇ ਵੱਲ ਘੂਰ ਕੇ ਵੇਖਿਆ ਪਹਿਲਾਂ 2 ਮਿੰਟ, ਬਾਅਦ ਚੋਂ ਕਹਿੰਦਾ ਚੱਲ ਬੰਦੇ ਸਪਲਾਈ ਕਰਨਾ ਥੋੜਾ ਇਕੱਠ ਕਰਨਾ ਕਹਿੰਦੇ ਹੁੰਦੇ, ਮੇਰੀ ਵੋਟ ਵੇਚਣਾ ਚਾਹੁੰਦਾ ਹੋਰ ਕੀ ਮੈਂ ਇਸੇ ਕਰਕੇ ਤੇ ਵੋਟ ਨਹੀਂ ਪਾਉਣੀ।
ਨਹੀਂ ਚਲੋ ਤੁਸੀਂ ਇਹਨੂੰ ਨਹੀਂ ਆਪਣੀ ਮਰਜ਼ੀ ਨਾਲ ਵੋਟ ਪਾਓ, ਵੋਟ ਤਾਂ ਪਾਉਣੀ ਚਾਹੀਦੀ ਹੈ। ਨਹੀਂ ਨਹੀਂ ਇਹਨੇ ਕਿਤੇ ਵੋਟ ਪਾਉਣ ਜਗ੍ਹਾ ਛੱਡਿਆ ਹੋਵੇ ਤਾਂ ਭਾਈ ਪਾਈਏ ਵੋਟ। ਮੈਡਮ ਜੀ ਹੁਣੇ ਵੱਡਾ ਸਤਯੁਗੀ ਬਣਿਆ ਫਿਰਦਾ ਮੈਂ ਹੈ ਤੇ ਕਹਿਣ ਨੂੰ ਮੇਰਾ ਪਿਓ ਹੀ ਆ ਹੈ ਉਹ ਸਤਯੁਗੀ ਉਹ ਕਹਿਣ ਨੂੰ ਨੇ ਕੰਜਰ ਜਿਹਾ ਸੱਚੀ ਚਲਾ ਪਿਓ ਆ। ਅੱਛਾ ਪੇ ਕਹਿਣ ਨੂੰ ਉਹਦਾ ਅੱਛਾ ਕਹਿਣ ਨੂੰ ਤਾਂ ਪਿਓ। ਮੈਡਮ ਜੀ ਗੱਲ ਇਹ ਆ ਅਸੀਂ ਵੀ ਦੇਦੇ ਵਾਲ ਵੇਖ ਕੇ ਸਿੱਖਿਆ ਇਹ ਹੁਣ ਐਡਾ ਸੱਚ ਪੁੱਤ ਬਣਿਆ ਫਿਰਦਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਨਾ ਬਚਪਨ ਚ ਤੇ ਜਦੋਂ ਵੋਟਾਂ ਵਾਲੇ ਮਹੀਨੇ ਆਉਂਦੇ ਸੀ ਤੇ ਇਹਨੇ ਬੜਾ ਖੁਸ਼ ਕਦੀ ਕੁਲਫੀ ਲਿਆ ਕਦੀ ਨੂਡਲ ਲਿਆ ਕਦੀ ਟਿੱਕੀ ਲਿਆ ਹੈ ਤੇ ਸ਼ਾਮਾਂ ਨੂੰ ਬੋਤਲ ਟਕਾਰ ਜਾਣੀ ਇਹਨੇ ਆਪ ਹੈ ਤੇ ਮੈਡਮ ਜੀ ਜਦੋਂ ਵੋਟਾਂ ਲੰਘ ਜਾਂਦੀਆਂ ਨਾ ਅਗਲੇ ਦਿਨ ਸਾਡੇ ਤੇ ਛਿੱਤਰ ਪੋਲਾ ਕਰਨਾ ਇਹਨੂੰ ਚੇਤਾ ਆ ਜਾਂਦਾ ਵੀ ਇਹ ਉਹ ਹੀ ਨੇ ਹੈ ਆਪ ਸਾਰੀ ਉਮਰ ਬੋਤਲਾਂ ਪੀ ਛੱਡੀਆਂ ਤੇ ਹੁਣ ਮੁੰਡਾ ਕੰਮ ਕਰਨ ਡਿਆ ਜਰਿਆ ਨਹੀਂ ਜਾਂਦਾ ਬੋਤਲ ਅਸੀਂ ਤੈਨੂੰ ਹੁਣ ਵੀ ਦੇਵਾਂਗੇ ਬਾਪੂ ਪਰ ਪੀਣ ਵਾਲੀ ਨਹੀਂ ਚੜਾਉਣ ਵਾਲੀ ਉਮਰ ਦੇ ਹਿਸਾਬ ਨਾਲ ਮੈਂ ਪਹਿਲੀਆਂ ਗਲਤੀਆਂ ਜਿਹੜੀਆਂ ਹੋ ਗਈਆਂ ਇਸੇ ਕਰਕੇ ਤਾਂ ਮੈਂ ਕਹਿੰਦਾ ਹੁਣ ਮੈਂ ਗਲਤੀਆਂ ਕਰਨੀਆਂ ਹੀ ਨਹੀਂ ਬੋਤਲ ਭਾਵੇਂ ਗਲੂਕੋਜ਼ ਦੀ ਦੇ ਭਾਵੇਂ ਜਿਹੜੀ ਮਰਜ਼ੀ ਦੇ ਮੈਂ ਵੋਟ ਪਾਉਣੀ ਹੀ ਨਹੀਂ ਜਦੋਂ ਪੂਜੀ ਦੇਖੋ ਇਹ ਤਾਂ ਤੁਹਾਡੀ ਐਵੇਂ ਗਰਾਰੀ ਆ ਵੋਟ ਤਾਂ ਪਾਉਣੀ ਚਾਹੀਦੀ ਇੱਕ ਵੋਟ ਦੇ ਨਾਲ ਪਤਾ ਕਿੰਨਾ ਵਿਕਾਸ ਹੁੰਦਾ ਆ ਵਾਧਾ ਹੁੰਦਾ ਦੇਸ਼ ਦਾ ਵਿਕਾਸ ਆ ਹੋਇਆ ਪਤੰਦਰ ਦਾ ਮੇਰੇ ਘਰੇ ਵਿਕਾਸ ਤਾਂ ਹੋਇਆ ਕੋਈ ਨਹੀਂ ਇਹ ਕਿਹੜਾ ਵੋਟ ਇਹ ਵੋਟ ਨਾ ਅੱਛਾ ਮੇਰੀ ਗੱਲ ਸੁਣੋ ਮੇਰੇ ਕਹਿਣ ਦਾ ਮਤਲਬ ਆ ਕਿ ਇੱਕ ਇੱਕ ਵੋਟ ਬਹੁਤ ਮਾਇਨੇ ਰੱਖਦੀ ਆ ਤੁਸੀਂ ਵੀ ਵੋਟ ਪਾਓ ਕਿਸੇ ਪਾਰਟੀ ਨੂੰ ਜਿਤਾਓ ਜਿਹੜੀ ਤੁਹਾਨੂੰ ਲੱਗਦਾ ਕਿ ਵਧੀਆ ਕੰਮ ਕਰਦੀ ਆ ਕਿਹੜੀ ਪਾਰਟੀ ਨੂੰ ਜਿਤਾਈਏ ਸਾਰੀਆਂ ਪਾਰਟੀਆਂ ਦਾ ਆਪ ਚਰਲ ਗੱਜ ਨੇ ਉਹ ਪਹਿਲਾਂ ਹੁੰਦਾ ਸੀ ਇੱਕ ਜੀ ਪਾਰਟੀ ਹੁੰਦੀ ਸੀ ਇੱਕ ਨਹੀਂ ਪਾਰਟੀ ਨੂੰ ਪਾਤੇ ਦੂਜੀ ਨਿਊ ਪਾਰਟੀ ਅੱਜ ਕੱਲ੍ਹ ਤਾਂ 8-9 ਪਾਰਟੀਆਂ ਨੇ ਆਪਸ 'ਚ ਰਲ ਗੱਜ ਨੇ ਆਪਸ 'ਚ ਮਿਲੀਆਂ ਹੋਈਆਂ ਬਸ ਤੈਨੂੰ ਨਹੀਂ ਪਤਾ ਪਰ ਉਹਨਾਂ 'ਚ ਕੋਈ ਤਾਂ ਸਹੀ ਲੱਗੂਗੀ ਤੁਹਾਨੂੰ ਉਹ ਸਾਰੀਆਂ ਹੀ ਆਪਸ 'ਚ ਮਿਲੀਆਂ ਹੋਈਆਂ ਇਹਨਾਂ ਨੂੰ ਕਹੋਣਾ ਕਿ ਭਾਜੀ ਬੰਦੇ ਬਦਲ ਲਓ ਤੇ ਮੰਜੇ ਉਦਾਂ ਨਹੀਂ ਬਦਲਦੇ ਆਪਸ 'ਚ ਮੰਜੇ ਬਦਲ ਲੈਂਦੇ ਆ ਇੱਧਰਲੀ ਪਾਰਟੀ ਦਾ ਉੱਧਰਲੀ ਪਾਰਟੀ ਚਲਾ ਗਿਆ ਇੱਧਰਲੀ ਪਾਰਟੀ ਦਾ ਉੱਧਰਲੀ ਪਾਰਟੀ ਚਲਾ ਗਿਆ ਜੇ ਇੱਥੋਂ ਵੀ ਅੱਕ ਜਾਣ ਲੋਕੀ ਤੇ ਉਹਨਾਂ ਦਾ ਹਲਕਾ ਬਦਲ ਦਿੰਦੇ ਆ ਹਾਂ ਇੱਧਰਲੇ ਹਲਕੇ ਦਾ ਮਜ਼ਾ ਉੱਧਰ ਚੱਕੇ ਮਾਰਿਆ ਇੱਧਰਲੇ ਹਲਕੇ ਦਾ ਉੱਧਰ ਚੱਕੇ ਮਾਰਿਆ ਜੋ ਮਰਜ਼ੀ ਆ ਤੁਸੀਂ ਵੋਟ ਜ਼ਰੂਰ ਪਾਓ ਵੋਟ ਮੈਂ ਨਹੀਂ ਪਾਣੀ ਇਹਨਾਂ ਨੂੰ ਵੋਟ ਇਹ ਲੀਡਰ ਪਹਿਲਾਂ ਹੱਥ ਜੋੜਦੇ ਆ ਬਾਕੀ ਹੱਥੀ ਪੈਂਦੇ ਆ ਇਹ ਬਾਪੂ ਮੇਰੀ ਗੱਲ ਸੁਣ ਤੇਰਾ ਜਿਹੜੀ ਪਾਰਟੀ ਨੂੰ ਜੀ ਕਰਦਾ ਹੀ ਨਾ ਜਿਹੜੀ ਨੂੰ ਜੀ ਕਰਦਾ ਹੀ ਤੂੰ ਉਹਨੂੰ ਪਾ ਲਾ ਵੋਟ ਵੋਟ ਪਾ ਆ ਹੱਥ ਜੋੜੇ ਤੇਰੇ ਉਹ ਤੈਨੂੰ ਦੱਸਿਆ ਤਾਂ ਹੈ ਪਾਰਟੀਆਂ ਦਾ ਆਪਸ 'ਚ ਇੱਕ ਜੁੱਕ ਨੇ ਕਿਹੜੀ ਜਿਹਨੂੰ ਮਰਜ਼ੀ ਪਾ ਲਓ ਸਾਰਿਆਂ ਦਾ ਆਹੀ ਕੰਮ ਆ ਬਾਪੂ ਮੇਰੀ ਗੱਲ ਸੁਣ ਸਾਰੀਆਂ ਪਾਰਟੀਆਂ ਦੇ ਕੋਈ ਕੰਮ ਹੈ ਤੂੰ ਪਵਿੱਤਰ ਸਿੰਘ ਨੂੰ ਵੋਟ ਪਾ ਲਾ ਲੈ ਪਵਿੱਤਰ ਪਵਿੱਤਰ ਨੂੰ ਪਾ ਲਾ ਆਹੋ ਪਵਿੱਤਰ ਨੂੰ ਪਾ ਲਓ ਲੈ ਪਵਿੱਤਰ ਮੈਡਮ ਜੀ ਸਾਰੇ ਜ਼ਮਾਨੇ ਦੇ ਜੂਠਿਆਂ ਦੇ ਨਾਂ ਪਵਿੱਤਰ ਸਿੰਘ ਰੱਖ ਲਿਆ ਨੇ ਮੈਨੂੰ ਨਹੀਂ ਪਤਾ ਆ ਤਜਰਬੇ ਨਾਲ ਬੋਲਣ ਦੇ ਆ ਮੈਂ ਨੇਕ ਚੰਦ ਨੂੰ ਪਾ ਲਾ ਚੱਲ ਆਹੋ ਲੈ ਨੇਕ ਚੰਦ ਆ ਜਿਹੜਾ ਸਾਡੇ ਹਲਕੇ ਤੇ ਕਿਸੇ ਵੀ ਗਲੀ ਮਹੱਲੇ 'ਚ ਆ ਕੇ ਪੁੱਛ ਲਓ ਜਨਾਨੀਆਂ ਤੇ ਜੁੱਤੀਆਂ ਖਾਧੀਆਂ ਖੇਡਦਾ ਹੁੰਦਾ ਸੀ ਤੇ ਹਾਂ ਅੱਜ ਨਾਮ ਨੇਕ ਚੰਦ ਰੱਖ ਲਿਆ ਭਜਾ ਆ ਨੇਕ ਚੰਦ ਦਾ ਹੀ ਜਾ ਕੋਈ ਤਾਂ ਹੋਊਗਾ ਮੈਨੂੰ ਤਾਂ ਪਤਾ ਕੀ ਮੈਂ ਤਾਂ ਹੋਰ ਕਹਿੰਦਾ ਇੱਕ ਹੈਗਾ ਆਪਣਾ ਮਿਲਖਾ ਸਿੰਘ ਵੀ ਖੜਾ ਹੋਇਆ ਭੀਮ ਖਾ ਖਾ ਲੱਤਾਂ ਦਾ ਉਹਦਾ ਲੱਲਾ ਬਣਿਆ ਪਿਆ ਪਿੱਛੇ ਭਾਵੇਂ ਕੁੱਤਾ ਲੰਘ ਜਾਵੇ ਤੇ ਨਾ ਮਿਲਖਾ ਸਿੰਘ ਰੱਖਿਆ ਉਹਨੇ ਇੱਕ ਹੈਗਾ ਵਾ ਆਹ ਅੱਜ ਤੱਕ ਕਿਸੇ ਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਤੇ ਨਾਲ ਨਾਮ ਉਹਦਾ ਪਰਮਵੀਰ ਆਹੋ ਕਮਾਲ ਕਾਂਡਿਆ ਯਾਰ ਬਾਪੂ ਲੱਤਾਂ ਉਹਦੀਆਂ ਕਾਹਨੇ ਅਰਗੀਆਂ ਲੱਤਾਂ ਸੁੱਕਾ ਖੜਿਆ ਪਰਮਵੀਰ ਆਹੋ ਤੁਸੀਂ ਘਾਸਟੇ ਦੇ ਤੁਸੀਂ ਜਾਣਦੇ ਹੋ ਉਹਨੂੰ ਨਹੀਂ ਆਪਣੇ ਵੀ ਹੈਗੇ ਨਾ ਕਈ ਅੱਛਾ ਇੱਧਰ ਦੇ ਸੁੱਕੇ ਸੁੱਕੇ ਜੋ ਪੁੱਛਣਾ ਭੱਜਦਾ ਆ ਤੂੰ ਵੋਟ ਪਾਓ ਅਸੀਂ ਲੋਕਾਂ ਨੂੰ ਪ੍ਰੇਰਿਤ ਕਰੀਦਾ ਕਿ ਵੋਟ ਪਾਓ ਵੋਟ ਪਾਓ ਤੇ ਮੈਨੂੰ ਲੱਗਾ ਵੋਟ ਪਾਣ ਨਾਲ ਅਜੇ ਤੱਕ ਬਦਲਿਆ ਕੀ ਇਹਦਾ ਰੰਗ ਤਾਂ ਬਦਲਿਆ ਨਹੀਂ ਵੋਟ ਨਾਲ ਇਹਦਾ ਰੰਗ ਨਾ ਕੀ ਮਤਲਬ ਆ ਨਹੀਂ ਬਾਪੂ ਹੁਣ ਇਹਦੇ ਤੇ ਮਾਂ ਪਿਓ ਦਾ ਕਸੂਰ ਹੈ ਇਹ ਨਾ ਕਹਿੰਦੀ ਵੀ ਇੱਥੇ ਵੀ ਲੀਡਰਾਂ ਦਾ ਕਸੂਰ ਹੈ ਮਾਂ ਪਿਓ ਦਾ ਵੀ ਕੀ ਕਸੂਰ ਹੈ ਤੇ ਰੱਬ ਦੀ ਦੇਣ ਆ ਰੰਗ ਦੇਖੋ ਦੋ ਤਿੰਨ ਹੀ ਆ
ਬੱਚਾ ਮਾਂ ਪਿਓ ਤੇ ਹੀ ਜਾਂਦਾ, ਇੱਕ ਆਹਾ ਤੇ ਇੱਕ ਟੈਨ ਜਿਹਾ, ਆ ਟੈਨ ਇੱਕ, ਮੈਂ ਕਿਹਾ ਇੱਕ ਚਿੱਟਾ ਇੱਕ ਆਹਾ ਤੇ ਇੱਕ ਟੈਨ ਜਿਹਾ ਬੁਲਾਉ ਨੀ ਮੁੰਡੇ ਅੱਜ ਕੱਲ ਇਹ ਕਹਿ ਦਿੰਦੇ ਹੋ ਬਚਾਉ ਨੀ ਮੁੰਡੇ, ਜੋ ਮਰਜ਼ੀ ਤੁਸੀਂ ਇਹ ਚੀਜ਼ਾਂ ਛੱਡੋ, ਮੈਨੂੰ ਤਾਂ ਇਹ ਲੱਗਿਆ ਕਿ ਤੁਸੀਂ ਇਹਨੂੰ ਕਹੋਗੇ ਕਿ ਵੋਟ ਪਾਓ, ਤੁਸੀਂ ਆਪਣੀ ਗਰਾਲੀ ਲੈ ਕੇ ਬੈਠੋ, ਪਹਿਲਾਂ ਆ ਕੇ ਪੈਰੀ ਪੈਂਦੇ ਆ ਬਾਅਦ ਚ ਲੱਤਾਂ ਖਿੱਚਦੇ ਆ। ਮੇਰੀ ਗੱਲ ਸੁਣ ਬਾਪੂ, ਕੀ ਨੀ ਕੀ ਵਿਗਾੜਿਆ ਤੁਹਾਡਾ ਲੀਡਰਾਂ ਨੇ, ਕਿੰਨੇ ਕੰਮ ਕਰਕੇ ਦਿੱਤੇ ਲੀਡਰਾਂ ਨੇ, ਕਿਹੜੇ ਕੰਮ ਕੀਤੇ ਹੋਣ ਲੀਡਰਾਂ ਨੇ? ਸੜਕਾਂ ਬਣਾਈਆਂ, ਆਹੋ ਬਣਾਈਆਂ ਸੜਕਾਂ ਬਣਾਈਆਂ, ਸੜਕਾਂ ਦਾ ਖਾ ਖਾ ਕੇ ਜਿਹੜਾ ਉਹਨਾਂ ਨੇ ਆਪਣੇ ਘਰ ਬਣਾ ਲਏ, ਕੋਠੀਆਂ ਬਣਾ ਲਈਆਂ, ਆਪਣੇ ਐਡੇ ਐਡੇ ਫਾਰਮ ਹਾਊਸ ਬਣਾ ਲਏ, ਉਹਨਾਂ ਨੂੰ ਸੈਲਰੀਆਂ ਮਿਲਦੀਆਂ ਆ। ਆਹੋ ਸੈਲਰੀ ਨਾ ਤੇਰੀ, ਕਿੰਨੀ ਸੈਲਰੀ ਤੂੰ ਕੀ ਬਣਾ ਲਿਆ, ਇੱਕ ਸਕੂਟੀ ਤਾਂ ਆਪਣੀ ਲਈ ਨੀ ਗਈ, ਉਹ ਤੁਹਾਡੀ ਚਲਾਉਣੀ ਆ। ਬਾਪੂ ਸੜਕਾਂ ਛੱਡ, ਫਲਾਈਓਵਰ ਬਣਾਏ, ਬੰਦਾ ਉੱਤੋਂ ਦੀ ਲੰਘ ਜਾਂਦਾ ਚੂੰ ਕਰਕੇ, ਆਹੋ ਰਸ਼ ਨਾ ਲੰਘਣਾ, ਅੱਜ ਕੱਲ ਫਲਾਈਓਵਰ ਅਜੇ ਵੀ ਨਾ ਰਸ਼ਿਆ ਤੇ ਉਹ ਤੁਹਾਡੇ ਉੱਤੋਂ ਦੀ ਲੰਘ ਜਾਂਦੇ, ਹੈਲੀਕਾਪਟਰ ਰੱਖੇ ਪ੍ਰਾਈਵੇਟ ਜੈਟ ਲਏ ਉਹਨਾਂ ਨੇ ਆਪਣੇ, ਚਲੋ ਜਲਦੀ ਚੁੰਦੇ ਤਾਂ ਲੰਘ ਜਾਂਦੇ, ਜਲਦੀ ਕਿਹੜੀ ਕਿਹੜੀ ਮਾਂ ਨੂੰ ਮਿਲਣ ਜਾਣਾ ਉਹਨਾਂ ਨੇ, ਹਾਏ ਜਲਦੀ ਚੁੰਦੇ, ਸਾਡੇ ਕੰਮ ਦਾ ਕੋਈ ਕਰਦੇ ਨਹੀਂ ਉਹ। ਬਾਪੂ ਤੂੰ ਰਾਸ਼ਨ ਲੈਣ ਜਾਣਾ ਹੋਵੇ ਤੇ ਪੂਰਾ ਪਿੰਡ ਸਿਰ ਤੇ ਚੁੱਕਿਆ ਹੁੰਦਾ, ਉਹਨਾਂ ਨੇ ਸਟਰੀਟ ਲਾਈਟਾਂ ਲਵਾ ਕੇ ਦਿੱਤੀਆਂ, ਉਹ ਵੀ ਤੇ ਉਹਨਾਂ ਦੀ ਦੇਣ ਆ, ਉਹ ਸਟਰੀਟ ਲਾਈਟਾਂ ਦੇ ਚੱਕਰ 'ਚ ਜਿਹੜਾ ਉਹਨਾਂ ਨੇ ਨੇਰ ਪਾਇਆ ਹੋਣੀ ਜਿਹਨੂੰ ਦੇਖਦਾ, ਤੇ ਹੋਰ ਕੀ ਲੁੱਟ ਲੁੱਟ ਸਾਰਾ ਦੇਸ਼ ਖਾ ਕੇ ਹਜੇ ਉਹਨਾਂ ਨੇ ਕੀਤਾ ਹੀ ਕੱਖ ਨਹੀਂ। ਆ ਟੀਕੇ ਜਿਹੜੇ ਪਿੱਛੇ ਜੇ ਫ੍ਰੀ 'ਚ ਲਵਾਏ, ਤੂੰ ਵੀ 4-5 ਉਹ ਵੀ ਤੇ ਉਹਨਾਂ ਨੇ ਲਵਾ ਕੇ ਦਿੱਤੇ ਤੈਨੂੰ, ਆਹੋ ਬੜੇ ਟੀਕੇ ਲਵਾਏ ਬਾਈ ਉਹਨਾਂ ਨੇ, 3-3 ਟੀਕੇ ਲਵਾ ਕੇ ਬਾਅਦ ਚੋਂ ਕਹਿੰਦੇ ਸਾਡੇ ਤੋਂ ਗਲਤ ਦਵਾਈ ਬਣ ਗਈ, ਹੁਣ ਸਾਨੂੰ ਪਤਾ ਨਹੀਂ ਲੱਗਦਾ ਭਾਵੇਂ ਕੱਲ ਮਰ ਜਾਈਏ। ਹਾਂ ਤੇ ਹੋਰ ਕੀ ਆ ਬਾਪੂ ਜੀ, ਨਿਬੜਦੀ ਗੱਲ ਇਹੀ ਆ ਕਿ ਵੋਟ ਪਾਓ, ਇਹ ਵੀ ਨਖਰੇ ਜੇ ਨਾ ਕਰੀ, ਉਹ ਵੋਟ ਪਾਈਏ ਕਿਨੂੰ ਕੋ ਬੰਦਾ ਚੱਜ ਦਾ ਖੜਾ ਹੋਵੇ ਤੇ ਉਹਨੂੰ ਵੋਟ ਪਾਈਏ ਕੋ ਬੰਦਾ ਹੀ, ਹਲਕੇ ਤੋਂ ਹਲਕਾ ਬੰਦਾ ਸਾਡੇ ਹਲਕੇ 'ਚ ਖੜਾ ਕੀਤਾ, ਹਲਕੇ ਤੇਰੇ ਨਾਲ ਤੇ ਭਾਰਾ ਹੀ ਆ ਨਾ, ਮੈਂ ਤਾਂ ਬੁੱਢੇ ਬੁੱਢੇ ਖੜੇ ਕੀਤੇ ਜਿਹਨਾਂ ਨੂੰ ਦੋ ਬੰਦੇ ਫੜ ਕੇ ਖੜਾ ਕਰਦੇ, ਉਹ ਬੰਦਾ ਸਾਡੇ ਹਲਕੇ 'ਚ ਖੜਾ ਦੱਸੋ, ਏਦਾਂ ਦੇ ਬੰਦੇ ਨੂੰ ਵੋਟ ਪਾਉਣਾ ਬੰਦਾ, ਮੈਂ ਤਾਂ ਕਹਿੰਦਾ ਏਡੇ ਦਲ ਬਦਲੂ ਲੀਡਰ ਨੇ ਹੋ ਗਏ ਨੇ ਨਾ, ਇਹਨਾਂ ਦੀ ਆ ਜਿੱਦਾਂ ਕ੍ਰਿਕਟ ਦੀ IPL ਆ, ਇਹਨਾਂ ਦੀ ਬੋਲੀ ਲੱਗਣੀ ਚਾਹੀਦੀ ਲੀਡਰਾਂ ਦੀ, ਉਹ ਪਤਾ ਤਾਂ ਲੱਗਿਆ ਸਾਡਾ ਪਤੰਦਰ ਵੇਖਦੇ ਕਿ ਨਹੀਂ ਪਿਆ, ਆਇਓ ਮੇਰਿਆ ਰੱਬਾ ਚੁੱਕ ਲਾ, ਤੂੰ ਚੁੱਕ ਲਾ ਭਾਵੇਂ ਮੈਨੂੰ ਹੀ ਸਹੀ, ਇਹਨਾਂ ਦੇ ਲੀਡਰ ਨਹੀਂ ਸਟੇਜ ਤੇ ਬੋਲਦੇ ਜਿੰਨਾ ਤੂੰ ਬੋਲਣ ਡਿਆ ਉਦੋਂ ਦਾ, ਮੈਂ ਅੱਕਿਆ ਇਹਨਾਂ ਚੋਂ, ਮੈਂ ਇਸੇ ਕਰਕੇ ਕਹਿੰਦਾ ਮੈਂ ਵੋਟ ਪਾਉਣੀ ਨਹੀਂ ਐਰ ਕੀ, ਹਾਏ ਇੱਡੀ ਵੀ ਕੀ ਕਰਾਰੀ ਆ, ਮੈਂ ਆਪਣੀ ਵੋਟ ਸਾਂਭ ਕੇ ਰੱਖ ਲੈਣੀ, ਸਾਂਭ ਕੇ ਕੀ ਅਚਾਰ ਪਾਉਣਾ ਉਹਦਾ, ਕੀ ਪੰਜਾ ਪਾਈ ਦੇਵੇ, ਉਹ ਚਾਰ ਪੌਂਚੇ ਜਿਹੜੇ ਮੰਗਣ ਦੇ ਆ ਜਾਂਦੇ ਸਾਨੂੰ ਵੋਟਾਂ ਦੇ, ਤੇ ਉਹਨਾਂ ਨੇ ਤਾਂ ਚਲੋ ਜਿੱਤ ਕੇ ਕਿਸੇ ਪਾਰਟੀ ਨੇ ਕਿਸੇ ਲੀਡਰ ਨੇ ਤੁਹਾਡੇ ਆਲੇ ਦੁਆਲੇ ਦਾ ਤੁਹਾਡੇ ਸੂਬੇ ਦਾ ਵਿਕਾਸ ਕਰਨਾ ਆ, ਮੈਨੂੰ ਇੱਕ ਮਿੰਟ ਆਲਾ ਦੁਆਲਾ ਦੇਖਣ ਦੇ ਸਾਹ ਆ, ਇੰਨੇ ਸਾਲ ਹੋ ਗਏ ਵਿਕਾਸ ਹੀ ਨਹੀਂ ਹੋਇਆ ਆਲਾ ਦੁਆਲੇ ਦਾ। ਮੇਰੀ ਗੱਲ ਸੁਣ ਬਾਪੂ, ਮੈਡਮ ਜੀ ਵੇਖੋ ਇਹਨੂੰ ਕੀ ਪਤਾ ਬਾਪੂ ਸਾਡੇ ਨੂੰ ਵੀ ਇੱਕ ਵੋਟ ਦੀ ਕੀ ਕੀਮਤ ਹੁੰਦੀ, ਇਹਨੂੰ ਕੀ ਪਤਾ, ਚਿੱਟੀ ਦਾੜੀ ਹੋ ਗਈ ਹਜੇ ਤੱਕ ਵੋਟ ਦਾ ਪਤਾ ਹੀ ਨਹੀਂ ਲੱਗਿਆ, ਇਹਨੂੰ ਜੇ ਪਤਾ ਨਾ ਇੱਕ ਵੋਟ ਦੀ ਕੀਮਤ, ਇਹ ਵੇਚਣੀ ਚਾਹੁੰਦਾ ਮੇਰੀ ਵੋਟ, ਹੋਰ ਕੀ। ਮੈਡਮ ਜੀ ਮੇਰਾ ਤਾਂ ਕੰਮ ਆ, ਕੀ ਮਤਲਬ ਕੰਮ ਆ, ਮੈਂ ਬੰਦੇ ਰੈਲੀਆਂ 'ਚ ਲੈ ਕੇ ਜਾਂਦਾ ਨਾ, ਫਿਰ ਵੇਖੋ ਪਾਰਟੀ ਬਾਈ ਦੇ ਹਿਸਾਬ ਨਾਲ ਵੋਟਾਂ ਵੇਚਣ ਦਾ, ਫਿਰ ਹੋਰ ਕੀ ਆ, ਉਹਨਾਂ ਦੀਆਂ ਵੋਟਾਂ ਵੇਚਦਾ ਆ, ਉਹਨਾਂ ਦੇ ਮੂੰਹ ਤੇ ਪੈਸੇ ਲੈਂਦਾ, ਮੈਨੂੰ ਵੀ ਵੇਚਣਾ ਚਾਹੁੰਦਾ, ਆਪਣਾ ਪਿਓ ਵੇਚਣਾ ਚਾਹੁੰਦਾ, ਜਿੱਦਾਂ ਕੀ ਹੀ ਬੋਲੇ ਬੱਬੂ ਪ੍ਰਧਾਨ, ਮੈਂ ਬੱਬੀ ਪ੍ਰਧਾਨ, ਇਹ ਕੀ ਕਹਿ ਰਹੇ ਨੇ, ਤੇ ਮੈਂ ਸਹੀ ਕਹਿੰਦਾ ਹੋਰ ਉਹਦਾ ਪਿਓ ਝੂਠ ਬੋਲੂਗਾ ਤੇ ਮੁੰਡਾ ਝੂਠ ਬੋਲੂਗਾ, ਵੀ ਸੱਚ ਕੌਣ ਬੋਲ ਰਿਹਾ ਆ, ਪਿਓ ਵੀ ਕਹਿੰਦਾ ਮੈਂ ਸੱਚਾ, ਉਹ ਆਪ ਤਾਂ ਮੰਨੀ ਜਾਂਦਾ ਕਿ ਮੈਂ ਵੋਟਾਂ ਵੇਚਦਾ ਆ। ਮੈਡਮ ਜੀ ਮੈਂ ਤੇ ਇਹ ਗੱਲ ਕਹੀ ਨਹੀਂ, ਮੈਂ ਤਾਂ ਰੈਲੀਆਂ 'ਚ ਬੰਦੇ ਭਜਾਉਣਾ, ਮੈਂ ਉੱਥੇ ਨਾਲ ਦੇ ਸਾਥੀ ਸੂਤੀ ਪੈਸੇ ਲੈ ਕੇ ਪਹੁੰਚਾਉਂਦਾ ਨਾ, ਇਹ ਉਹ ਤੇ ਮੇਰਾ ਕੰਮ ਹੈ, ਬੱਸ ਜਾਂਦੀ ਤੇਲ ਪੈਂਦਾ, ਕੀ ਤੁਸੀਂ ਮੇਰੇ ਦੋਨਾਂ ਦੇ ਦਿਮਾਗ ਹੀ ਖਰਾਬ ਕਰ ਦਿੱਤਾ, ਕੌਣ ਸੱਚਾ ਕੌਣ ਝੂਠਾ ਹੈ, ਦੱਸੋ ਕੁੜੀਆ ਤੇਰਾ ਇੱਕ ਦਿਨ 'ਚ ਹੋ ਗਿਆ, ਮੈਨੂੰ ਸਾਰੀ ਉਮਰ ਹੋ ਗਈ ਇਹਨੂੰ ਝੇਲ ਦੇ ਨੂੰ, ਮੇਰੀ ਉਮਰ 30 ਸਾਲ ਹੈ, ਸਾਰੀ ਉਮਰ ਕਿਹੜੀ ਬਾਪੂ, 10 ਤੇ 30 ਸਾਲ ਉਮਰ ਹੀ ਹੁੰਦੀ ਬੱਟ
ਜਵਾਨ ਹੈ ਅਜੇ, ਮੈਂ ਤੈਨੂੰ 60 ਸਾਲਾਂ ਦਾ ਵੇਖਣ ਡਿਆ। ਹਾਂ 60 ਸਾਲਾਂ ਤੂੰ 60 ਸਾਲਾਂ ਦਾ ਪੁੱਤ ਕਿੱਥੋਂ ਦੇਖ ਲਿਆ, ਗੱਲ ਕਰਨ ਲੱਗਿਆ ਗੱਲ ਕਰੀ ਜਿਹੀ, ਤੂੰ ਆਪਣੀ ਮਾਂ ਤੋਂ ਵੱਡਾ ਹੈ ਕਿ ਆਪਣੇ ਪਿਓ ਤੋਂ ਵੱਡਾ? ਉਹ ਕਹਿੰਦਾ ਤੁਹਾਡੀ 60 ਸਾਲ ਦੀ ਉਮਰ ਦੇਖ ਲਈ, ਉਹਦੇ ਕਹਿਣ ਦਾ ਮਤਲਬ ਇਹ ਤੁਸੀਂ ਤਾਂ ਸਮਝੇ ਅਗਰ ਤੁਹਾਡਾ ਪੁੱਤ ਹੈ ਤੁਸੀਂ ਉਹਦੀ ਗੱਲ ਹੀ ਨਹੀਂ ਸਮਝਦੇ ਹੈਗੇ, ਵੋਟ ਪਾਓ। ਉਹ ਪੁੱਠੀਆਂ ਗੱਲਾਂ ਕਰਦਾ ਲੀਡਰਾਂ ਮਗਰ ਲਾ ਕੇ। ਕੋਈ ਪੁੱਠੀ ਗੱਲ ਕਿਹੜੀ ਕੀਤੀ? ਉਹ ਕੱਲ ਮੈਨੂੰ ਕਹਿੰਦਾ ਸੀ ਬਾਪੂ ਜਿਆਦਾ ਨਾ ਬੋਲਿਆ ਕਰ, ਤੂੰ ਮੇਰੇ ਪਿਤਾ ਸਮਾਨ ਹੈ। ਦੱਸੋ ਤੇਰਾ ਪਿਤਾ ਹੀ ਆ ਮੈਂ, ਪਿਤਾ ਹੀ ਆ ਮੈਂ ਇਹਨੂੰ ਤਾਂ ਹੀ ਕਹਿਣਾ ਹੁਣਾ ਹੁਣਾ ਵੀ ਲੀਡਰਾਂ ਮਗਰ ਨਾ ਲੱਗ। ਆਹੋ ਪਿਤਾ ਕੱਲ ਆਪਣੀ ਮਾਂ ਨੂੰ ਕਹਿਣ ਦਿਆ, ਮੈਂ ਕਿਹਾ ਕੀ ਕਹਿੰਦਾ ਮਾਨ ਸਮਾਨ ਅੱਜ ਕੱਲ੍ਹ ਐਂ ਹੋਣ ਦਿਆ ਆ। ਦੱਸ ਬਾਪੂ ਜੀ ਜੋ ਮਰਜ਼ੀ ਆ ਵੋਟ ਪਾਉਣੀ ਚਾਹੀਦੀ ਆ, ਇੱਕ ਵੋਟ ਬਹੁਤ ਕੁਛ ਬਦਲ ਸਕਦੀ ਆ, ਬਹੁਤ ਕੁਛ ਬਦਲ ਸਕਦੀ ਆ। ਤੇ ਮੇਰਾ ਮੁੰਡਾ ਹੀ ਬਦਲਾ ਦਿਓ, ਜਾਂ ਬਦਲਾ ਵਾਸਤਾ ਮੁੰਡਾ ਕਿੱਦਾਂ ਬਦਲਾਉਣਾ, ਇਹ ਨਹੀਂ ਚਾਹੀਦਾ ਮੈਨੂੰ। ਬਾਪੂ ਉਮਰ ਦੇ ਹਿਸਾਬ ਨਾਲ ਗੱਲ ਕਰੀ ਦੀ ਹੁੰਦੀ, ਚੰਗੇ ਨਹੀਂ ਲੱਗੀ ਦਾ ਲੋਕੀ ਵੇਖਣ ਡੇ ਟੀਵੀ ਤੇ, ਉਮਰ ਦੇ ਹਿਸਾਬ ਨਾਲ ਗੱਲ ਕਹਿੰਦੇ ਆ, ਨਹੀਂ ਤਾਂ ਮੁੰਡਾ ਬਦਲਾਉਣ ਦੀ ਗੱਲ ਕਰਨ ਦੀ ਆ, ਨਹੀਂ ਤਾਂ ਤੇਰੀ ਬੀਬੀ ਬਦਲਾਉਣ ਦੀ ਗੱਲ ਕਰਦਾ। ਕੀ ਬੋਲੀ ਜਾਂਦੇ ਤੇ ਉਮਰ ਦੇ ਹਿਸਾਬ ਨਹੀਂ ਆ, ਸੋਚ ਕੇ ਨਹੀਂ ਨਹੀਂ ਪੁੱਤ। ਬਾਪੂ ਸੋਚ ਬਦਲੂਗੀ ਨਾ ਤਾਂ ਹੀ ਦੇਸ਼ ਬਦਲਣਾ ਆ। ਉਹ ਸੋਚ ਬਦਲੋ ਤੇ ਇਹ ਵੀ ਗੱਲ ਲੀਡਰਾਂ ਨੂੰ ਸਮਝਾਓ ਨਾ, ਸਾਡੇ ਲਈ ਨਹੀਂ ਆ, ਲੀਡਰਾਂ ਨੂੰ ਸਮਝਾਓ। ਜੇ ਉਹਨਾਂ ਨੇ ਸੋਚ ਬਦਲੀ ਹੁੰਦੀ ਤੇ ਅੱਜ ਕੱਲ ਦੇ ਨੌਜਵਾਨ ਆਪਣਾ ਦੇਸ਼ ਬਦਲਣ ਲਈ 30-25 ਲੱਖ ਰੁਪਏ ਲੈ ਗਏ ਉੱਥੇ ਅੰਬੈਸੀਆਂ 'ਚ ਨਾ ਘੁੰਮਦੇ। ਤੇ ਅੱਜ ਤੋਂ 35-40 ਸਾਲ ਪਹਿਲਾਂ ਜੇ ਤੁਸੀਂ ਸੋਚ ਬਦਲ ਕੇ ਚੰਗੇ ਉਮੀਦਵਾਰ ਨੂੰ ਵੋਟ ਪਾਈ ਹੁੰਦੀ ਤੇ ਉਹ ਵੀ ਦੇਸ਼ ਬਦਲਣ ਲਈ ਮਜਬੂਰ ਨਾ ਹੁੰਦੇ। ਇਸੇ ਕਰਕੇ ਤੇ ਮੈਂ ਕਹਿੰਦਾ ਯਾਰ ਕਿ ਮੈਂ ਪਾਉਣੀ ਨਹੀਂ। ਨਹੀਂ ਵੋਟ ਤਾਂ ਪਾਉਣੀ ਚਾਹੀਦੀ ਜੋ ਮਰਜ਼ੀ, ਨਹੀਂ ਜਿਹੜੇ ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ ਕਾਜੋ ਪੁੱਛਦਾ ਪੁੱਛਾ, ਆਪਾਂ ਨਹੀਂ ਆਪਾਂ ਨਹੀਂ ਪਾਉਣੀ। ਉਹ ਮੇਰੀ ਗੱਲ ਸੁਣ ਬਾਪੂ, ਲੈ ਦੇ ਕੇ ਗੱਲ ਨਿਬੇੜ ਦੇਣੇ। ਹੋਰ ਡਿਨਰ ਸੈੱਟ ਲੈ ਦਿਆਂ, ਡਿਨਰ ਸੈੱਟ ਲੈ ਦਿਆਂ ਤੇ ਐਡੀ ਮਹਿੰਗਾਈ ਕਰਤੀ ਵਿੱਚ ਰੋਟੀ ਕਿਹਨੇ ਦੇਣੀ ਆ? ਉਹ ਵੀ ਦੇ ਹੀ ਦੇਣੀ ਆ, ਉਹ ਵੀ ਉਹਨਾਂ ਨੇ ਹੀ ਦੇਣੀ ਆ, ਲੀਡਰਾਂ ਨੇ ਹੀ ਦੇਣੀ ਆ। ਹੁਣ ਤੂੰ ਬਿਮਾਰ ਹੁੰਦਾ ਆ ਉਦੋਂ ਤੈਨੂੰ ਸਾਰਾ ਕੁਝ ਮਿਲਦਾ, ਦਵਾਈਆਂ ਮਿਲਦੀਆਂ, ਕਹਿੰਦੇ ਉਹ ਵੀ ਲੀਡਰਾਂ ਕਰਕੇ ਹੁੰਦਾ ਬਿਮਾਰ। ਫਰੂਟ ਫਰਾਟ ਵੀ ਸੋਚੋ ਨਾ, ਫਰੂਟ ਸਾਰਾ ਲੀਡਰਾਂ ਨੇ ਪਾਕਿਸਤਾਨ ਭੇਜਦਾ, ਕੀ ਕੁਸੀ ਤਾਂ ਫਲ ਤੇ ਹੋਰ ਕੀ, ਸਾਡੇ ਖਾਣ ਜਗ੍ਹਾ ਛੱਡੀ ਆ ਗਈ। ਤੁਹਾਨੂੰ ਕਿਹਾ ਬਿਮਾਰ ਹੁੰਦੇ ਫਰੂਟ ਖਾਇਆ ਕਰੋ, ਮੈਂ ਉਹ ਕੱਲ ਛੱਡਿਆ ਹੋਇਆ ਦੱਖਣ। ਕਿੰਨਾ ਚਾਹੀਦਾ ਫਰੂਟ ਦਵਾਵਾਂ ਮੰਡੀ ਤੋਂ, ਪੇਟੀਆਂ ਦਵਾ ਦੇਣਾ ਸੇਬਾਂ? ਮੈਂ ਉਹ ਕਮਾਈ ਖਾਣੀ ਨਹੀਂ ਜਿਹੜੀ ਤੂੰ ਕਰਨ ਜੇ ਆ, ਲੀਡਰਾਂ ਦੀ ਕਮਾਈ ਤਾਂ ਖਾਣੀ ਨਹੀਂ। ਨਹੀਂ ਮੈਨੂੰ ਬੱਬੀ ਜੀ ਇੱਕ ਚੀਜ਼ ਦੱਸੋ, ਤੁਸੀਂ ਇੰਨਾ ਕਿਉਂ ਉਹਨਾਂ ਨੂੰ ਫੋਰਸ ਕਰਦੇ ਹੋ ਵੋਟ ਪਾਉਣ ਦੇ ਲਈ? ਮੈਂ ਜੀ ਮੈਂ ਬੜੇ ਬੜੇ ਭਾਸ਼ਣ ਸੁਣੇ ਨੇ, ਹਾਂ ਇਹ ਦੇਸ਼ ਦਾ ਲੋਕਤੰਤਰ ਆ, ਜਾਂ ਤਾਂ ਆਪਾਂ ਵੋਟ ਪਾਵਾਂਗੇ ਤੇ ਬਦਲੇਗਾ, ਨਹੀਂ ਪਾਉਣੀ ਕਿਸੇ ਪਾਰਟੀ ਨੂੰ। ਵੇਖੋ ਮੈਂ ਤੇ ਸਾਫ਼ ਸਾਫ਼ ਦੀ ਗੱਲ ਕਰਦਾ, ਵੇਖ ਬਾਪੂ ਡਿਨਰ ਸੈੱਟ ਨਹੀਂ ਲੈਣਾ, ਤੈਨੂੰ ਸੂਟ ਲੈ ਦਈਏ। ਨਹੀਂ ਨਹੀਂ ਮੈਂ ਕਹਿੰਦਾ ਘੱਗਰੀ ਲੈ ਦੇ ਪੁੱਤ, ਬਾਂਦਰੀ ਬਣਾ ਕੇ ਪਿਓ ਨੂੰ ਨਚਾਲਾ ਨਚਾਲਾ ਪਿਓ ਨੂੰ ਚੌਂਕ ਨਚਾ, ਸੂਟ ਲਿਆਈਏ। ਦੱਸ ਜਦੋਂ ਮੈਂ ਪਾਉਣੀ ਨਹੀਂ ਵੋਟ। ਚੱਲ ਮੇਰੀ ਇੱਕ ਮਿੰਟ ਮੈਡਮ ਜੀ, ਮੇਰੀ ਗੱਲ ਸੁਣ, ਮੈਂ ਸੌਦਾ ਮੰਗਾ ਲਾਂ ਇੱਧਰ, ਠੀਕ ਆ, ਮੂੰਹ ਕੌੜਾ ਕਰਾ ਦਿਆਂ। ਉਮੀਦਵਾਰ ਨੇ ਖਲੋਤੇ ਨੇ ਉਹਨਾਂ ਦਾ ਆਪਣਾ ਠੇਕਾ, ਮੈਡਮ ਜੀ ਕਿਹੜੀ ਗੱਲ, ਉਹਨਾਂ ਦਾ ਆਪਣਾ ਠੇਕਾ, ਆਪਣਾ ਠੇਕਾ ਤੇ ਸ਼ਰਮ ਕਰਦੇ, ਉਹਨੂੰ ਸ਼ਰਮ ਕਰਨੀ ਚਾਹੀਦੀ ਹੈ। ਮੈਂ ਤਾਂ ਹੀ ਜਾਣ ਕੇ ਪੁੱਛਿਆ ਅੱਜ ਤੋਂ, ਇਹ ਜਾਣ ਕੇ ਮੈਂ ਬੋਲਣ ਦੇ, ਮੈਂ ਤਾਂ ਛੱਡਤੀ ਕਦੋਂ ਦੀ, ਮੈਂ ਜਾਣ ਕੇ ਪੁੱਛਿਆ ਕੱਲ ਆ ਸਾਡੇ ਮਹੱਲੇ 'ਚ ਆ ਕੇ ਰੈਲੀ ਕਰਕੇ ਕਹਿੰਦੇ ਮੈਂ ਨਸ਼ਾ ਬੰਦ ਕਰਾਂ, ਜੇ ਤਾਂ ਆਪਣਾ ਠੇਕਾ ਯਾਰ, ਉਹਨੇ ਰੈਲੀ ਕਿੱਥੋਂ ਨਸ਼ਾ ਬੰਦ ਕਰਾ ਦੇਣਾ? ਇਹ ਵੀ ਗੱਲ ਆ, ਗੱਲਾਂ ਕਰਦਾ ਤੂੰ, ਮੈਂ ਇਸੇ ਕਰਕੇ ਵੋਟ ਨਹੀਂ ਪਾਣੀ। ਉਹ ਬਾਪੂ ਕੋਈ ਫਰਕ ਨਹੀਂ, ਹੋਰ ਨਹੀਂ ਕੁਝ, ਦੇਖ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਤੂੰ ਗੋਭੀ ਦੇ ਫੁੱਲ ਨੂੰ ਵੋਟ ਪਾ, ਗੋਭੀ ਦੇ ਫੁੱਲ ਨੂੰ ਵੋਟ ਪਾ ਦੋ। ਉਹ ਗੋਭੀ ਦੇ ਪਕੌੜੇ ਨੂੰ ਵਿਆਹ ਚ ਰਸ ਨੀ ਪੈਂਦਾ, ਇੱਥੇ ਕੀ ਪੈਣਾ ਯਾਰ ਖਾਂਦੇ ਆ। ਚੱਲ ਮੈਂ ਤੇਰੇ ਨਾਲ ਬਹਿਸ ਬਾਜੀ ਨਹੀਂ ਕਰਦਾ, ਨਲਕੇ ਦੀ ਹੱਥੀ ਨੂੰ ਪਾ ਦੇ। ਉਹ ਜਿਨ੍ਹਾਂ ਨੇ ਪਹਿਲਾਂ ਹੀ ਨਲਕਾ ਵੇਚ ਛੱਡਿਆ, ਇਕੱਲੀ ਹੱਥੀ ਰਹਿ ਗਈ ਉਹਨਾਂ ਨੇ, ਉਹਨਾਂ ਨੂੰ ਵੋਟ
ਉਹ ਚੋਨ ਚਾਂਦ ਤੇ ਉੱਤੋਂ ਆਉਂਦਾ ਆ, ਉਹਨਾਂ ਦਾ ਥੋੜੀ ਆ, ਘਰੋਂ ਥੋੜੀ ਲਿਆਂਦਾ ਉਹਨਾਂ ਨੇ, ਆਹ ਕਮਾਲ ਦੀ। ਚੱਲ ਮੇਰੀ ਗੱਲ ਸੁਣ, ਤੂੰ ਮੁੱਠੀ ਨੂੰ ਵੋਟ ਪਾ, ਇਹ ਮੁੱਠੀ ਕਸੁੰਨ ਬਣਨੀ ਬਾਅਦ ਚੋਂ, ਤੁਹਾਡੇ ਪੈਣੀਆਂ ਇਹ ਸਰਪੰਚ, ਤੁਹਾਡੇ ਪੈਣੀਆਂ, ਬਾਅਦ ਚੋਂ ਵੋਟਾਂ ਪਾ ਦਿਓ ਉਹਨਾਂ ਨੂੰ, ਚੱਲ ਨਾ ਤੇਰੀ ਤੇ ਨਾ ਮੇਰੀ। ਮੈਡਮ ਜੀ ਤੁਸੀਂ ਗਵਾਜ ਵਾਈਪਰ ਨੂੰ ਵੋਟ ਪਾ ਦੇ, ਵਾਈਪਰ ਆਹੀ ਲੱਕ ਚ ਵੱਜਣਾ ਬਾਅਦ ਚੋਂ, ਤੁਹਾਡੇ ਸਫਾਇਆ ਕਰ ਦੇਣਾ ਵਾਈਪਰ ਨੇ ਸਾਰੇ ਦੇਸ਼ ਦਾ। ਮੈਂ ਤੈਨੂੰ ਮੈਂ ਪਾਉਣੀ ਨੀ ਕਿਸੇ ਨੂੰ, ਓਏ ਵਾਈਪਰ ਨੇ ਤੇ ਗੰਦ ਸਾਫ ਕਰਨਾ ਪਾਪਾ, ਕੀ ਕਰ ਰਿਹਾ ਮੈਨੂੰ ਕਿਉਂ ਨਹੀਂ ਸਾਫ ਕਰਦੇ, ਤੇਰੇ ਕੋ ਹੋਇਆ ਮੈਂ ਸਾਫ ਜਿਹੜਾ ਉਹਨਾਂ ਕਰ ਲੈਣਾ। ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ ਕਿ ਪੁੱਤ ਜੇ ਕਹਿੰਦਾ ਵੋਟ ਤੁਸੀਂ ਰਾਹ ਦਾ ਰੋੜਾ ਕਿਉਂ ਬਣੀ ਜਾਂਦੇ ਹੋ। ਮੰਜੀ ਜਿੰਨਾ ਰਾਹ ਦਾ ਰੋੜਾ, ਇਹ ਰਾਹ ਦੇ ਰੋੜੇ ਦੀ ਗੱਲ ਕਰਦਾ ਨਾ, ਬਾਅਦ ਚੋਂ ਜਿਹੜੇ ਰਾਹ ਦੇ ਰੋੜੇ ਦੀਆਂ ਗੱਲਾਂ ਕਰਦੇ ਪਾਥੀਆਂ ਪੈਂਦੀਆਂ ਉਹਨਾਂ ਦੇ, ਹਾਂ ਪੁੱਛ ਲੋ ਜਾ ਕੇ ਪਿੰਡਾਂ ਚ ਕੀ ਹਾਲ ਹੋਣ ਦਿਆ। ਮੈਡਮ ਜੀ ਵੇਖੋ ਟੀਮਾਂ ਮਾਰਦੇ ਅਗਲੇ ਪੜਾ ਵਗਾ ਕੇ, ਭਾਜੋ ਸਾਡੇ ਪਿੰਡ ਨੀ ਹੋਣਾ, ਤੇਰੇ ਵੱਜੀਆਂ ਬਾਪੂ, ਕਮਾਲ ਕਰ ਡਿਆ ਮੈਡਮ ਜੀ। ਜਦ ਮੈਂ ਕਹਿਣ ਡਿਆ ਵੀ ਮੇਰੇ ਕਹਿਣ ਤੇ ਵੋਟ ਪਾ ਦੇ, ਮੇਰੀ ਜ਼ਬਾਨ ਦੀ ਕੀਮਤ ਹੈ ਮੈਡਮ ਜੀ ਕੋਈ? ਕਿੰਨੀ ਕੀਮਤ ਹੈ ਤੇਰੀ ਜ਼ਬਾਨ ਦੀ? 500-700 ਰੁਪਿਆ, ਹੋਰ ਕੀ, ਇੰਨੀ ਕੁ ਕੀਮਤ ਹੈ ਨਵਾਂ ਪਾਰਟੀ ਬਾਜੀ ਚ ਆਉਂਦਾ ਨਾ, ਉਦੋਂ ਇਹਦੀ ਗੱਲਬਾਤ ਨੀ ਸੀ ਆਪਣੀ ਬੱਬੀ ਪ੍ਰਧਾਨ ਤੇ ਮੈਂ ਹੁਣ ਬਣਿਆ ਸਾਲ ਪਹਿਲਾਂ, ਹੁਣ ਤੇ ਬਸ ਐ ਜਾਂਦੀ। ਆਹੋ ਬੱਬੀ ਪ੍ਰਧਾਨ ਦੀ ਪ੍ਰਧਾਨਗੀ ਤੇ ਜਦੋਂ ਪਟੇ ਭਰੇ ਹੁੰਦੇ ਸੀ ਉਦੋਂ ਕਿੱਥੇ ਸੀ ਲੀਟਰ ਸਾਹਿਬ? ਇੱਕ ਮਿੰਟ, ਮੈਨੂੰ ਫੋਨ ਆਉਣ ਡਿਆ, ਸੁਣ ਲਾ ਮੈਂ ਫੋਨ ਕਿਹਦਾ ਆ ਗਿਆ। ਇੱਕ ਹੁਣ, ਹੈਲੋ, ਹਾਂਜੀ ਹਾਂਜੀ ਭਾਅ ਜੀ, ਕਿੰਨੇ ਬੰਦੇ? ਬੁੜੀਆਂ ਕਿੰਨੀਆਂ? ਨਹੀਂ ਨਹੀਂ 60 ਸਾਲ ਵਾਲੀ ਆਪਾਂ ਰਿਸਕ ਨਹੀਂ ਲਈਦਾ ਭਾਅ ਜੀ, ਗਰਮੀ ਬੜੀ, ਰੈਲੀ 'ਚ ਕੋਈ ਇੱਧਰ ਉੱਧਰ ਬੇਹੋਸ਼ ਹੀ ਹੋ ਜਾਂਦਾ। 35-55 ਸਾਲ ਵਾਲੀਆਂ ਆਂਟੀਆਂ ਹੈ ਨੇ ਆਪਣੇ ਕੋਲ। ਹਾਂਜੀ ਹਾਂਜੀ, ਨਹੀਂ ਭਾਅ ਜੀ 750 ਤੇ ਬਹੁਤ ਘੱਟ ਹੈ, ਰੋਟੀ ਪਾਣੀ ਖਵਾਉਣਾ, ਜੂਜਾ ਪਿਆਉਣਾ ਹੁੰਦਾ ਉਹਨਾਂ ਨੂੰ। ਕਮੈਂਟ ਕੀ ਗੱਲ ਹੋਈ ਹੈ ਜੀ? ਹਾਂ 150 ਬੰਦਾ ਤੇ 250 ਲੇਡੀਜ਼ ਹੋ ਗਿਆ ਜੀ। ਹੋ ਗਿਆ, ਠੀਕ ਹੈ ਜੀ, ਡਨ ਹੋ ਗਿਆ, ਪਹੁੰਚ ਜਾਏਗੇ, 2 ਬੱਸਾਂ ਪਹੁੰਚ ਜਾਣਗੀਆਂ ਜੀ, ਡਨ ਹੋ ਗਿਆ ਜੀ। ਲਓ ਤੁਹਾਨੂੰ ਦੱਸੀ ਤਾਂ ਜਾਣਾ, ਇਸੇ ਕਰਕੇ ਤਾਂ ਮੈਂ ਬਾਹਰ ਅੰਦਰ ਰਿਸ਼ਤੇਦਾਰੀ ਚ ਬਹਿਣਾ ਖਲੋਣਾ ਔਖਾ ਹੋਇਆ ਪਿਆ ਆ। ਔਖਾ ਹੋਇਆ ਬਾਪੂ, ਇਹਦੇ ਸਹੁਰੇ ਇਹਦੇ ਮੂੰਹ ਨੀ ਲਾਉਂਦੇ, ਜਦੋਂ ਕਹਿੰਦੇ ਜਵਾਈ ਦੀ ਸੇਵਾ ਕੀ ਕਰੀ ਆ, ਕਹਿੰਦੇ 8-9 ਬੰਦੇ ਲੈ ਕੇ ਪਹੁੰਚ ਹੋ ਰਿਹਾ ਜੀ। ਬਾਪੂ ਮੇਰੇ ਸਹੁਰੇ ਫਿਰ ਕੀ ਹੋਇਆ? ਤੈਨੂੰ ਸ਼ੁਕਰ ਕਰ, ਤੈਨੂੰ ਕੁੜੀ ਦੇ ਦਿੱਤੀ ਮੇਰੀ ਜਵਾਨ ਨੂੰ ਉਹਨਾਂ ਨੇ, ਹੋਰ ਕੀ। ਚੱਲ ਇਹੋ ਜਿਹੇ ਬੰਦੇ ਨੂੰ ਮਨੁੱਖਤਾ ਦੀ ਸੇਵਾ ਵਾਲੇ ਚੱਕੇ ਲੈ ਜੀ ਬੰਦੇ, ਤੇ ਤੂੰ ਆਪ ਹੀ ਛੱਡ ਆਉਣਾ ਹੈ ਮੈਨੂੰ, ਐਡਾ ਕਿਉਂ ਕੀਤਾ ਜੀ? ਮੇਰੀ ਗੱਲ ਸੁਣੋ ਬਾਪੂ ਜੀ, ਜੋ ਮਰਜ਼ੀ ਆ ਤੁਹਾਨੂੰ ਵੋਟ ਪਾਉਣੀ ਚਾਹੀਦੀ ਆ, ਪੁੱਤ ਸਹੀ ਕਹਿੰਦਾ ਆ, ਇੱਦਾਂ ਨਹੀਂ ਕਰੀਦਾ। ਮੈਂ ਆਪਣੀ ਵੋਟ ਵੇਚ ਕੇ ਨਹੀਂ ਪਾਉਣੀ, ਖਰਾਬ ਨਾ ਕਰੋ ਵੋਟ। ਮੇਰੀ ਗੱਲ ਸੁਣ, ਮੇਰੀ ਸੁਣ, ਦੇਖ ਬਾਪੂ ਤੂੰ ਮੇਰਾ ਬਾਪੂ, ਮੈਂ ਤੇਰਾ ਮੁੰਡਾ, ਤੂੰ ਮੇਰੀ ਗੱਲ ਮੰਨ ਲਾ, ਤੂੰ ਦੱਸ 500 ਲੈਣਾ ਹੈ, ਉਹਨਾਂ ਦਾ ਚੋਣ ਪ੍ਰਚਾਰ ਹੀ ਕਰਦੇ, ਵੋਟ ਨਾ ਪਾਈ। ਲੈ 500 ਲੈਣਾ, ਮੈਂ 1000 ਚ ਨਹੀਂ ਕਰਦਾ। ਚੱਲ 1500 ਲੈ ਕੇ ਥੱਥੇ ਜੀ ਚੋਣ ਪ੍ਰਚਾਰ ਕਰ ਰਿਹਾ, 2000 ਚ ਨਹੀਂ ਕਰਦਾ। 2500 ਲੈ ਲਈ ਭਾਈ, ਇੰਨਾ ਕਹਿ ਦੀ ਇਹਨਾਂ ਨੂੰ ਵਿੱਚ ਪਾ ਦਿਓ, ਇੰਨਾ ਤੇ ਕਰਦੇ ਮੁੰਡੇ ਨੀ ਸੀ ਨਹੀਂ ਪੂਰਾ ਫੁੱਲ ਪੀ ਪਿਓ ਦੀਆਂ ਜੀ ਲਾਉਂਦਾ ਪੂਰਾ, ਕਹਿੰਦਾ ਕੁੱਲ ਕੇ ਨਾ ਬੋਲੀ, ਥੋੜੇ ਬੋਲਦੇ ਇਹਦਾ ਜੋ ਬਹੁਤ ਪਾ ਦਿਓ। ਇਹਨਾਂ ਹੀ ਕਹਿਣਾ? ਮੈਂ ਨਹੀਂ ਕਹਿਣਾ, ਮੈਂ ਆਪਣੇ ਲੋਕਾਂ ਨੂੰ ਮੈਂ ਨਹੀਂ ਕਹਿਣਾ, ਨਾ ਮੈਂ ਆ ਪਾਉਣੀ ਵੋਟ।
ਤੁਸੀਂ ਦੱਸੋ ਵੀ ਇੱਥੇ ਮੁੰਡਾ ਗਲਤ ਆ ਪਿਓ ਗਲਤ ਆ, ਕੀ ਹੋਣਾ ਚਾਹੀਦਾ? ਮੈਂ ਆਪਣੀ ਵੋਟ ਵੇਚ ਕੇ ਕਿਉਂ ਪਾਵਾਂ ਜਿਹੜੀ ਗਲਤੀ ਅਸੀਂ ਸਾਰੀ ਜ਼ਿੰਦਗੀ ਕਰਦੇ ਰਹੇ ਆ, ਹੁਣ ਕਿਉਂ ਕਰੀਏ ਕੁੜੀਆਂ ਦੀ? ਤੁਸੀਂ ਵੇਚਣੀ ਥੋੜਾ ਵੋਟ, ਤੁਸੀਂ ਵੋਟ ਪਾਉਣੀ ਆ। ਕਈ ਲੋਕਾਂ ਨੇ ਕੁਰਬਾਨੀ ਦੇ ਕੇ ਹਨਾ ਸਾਨੂੰ ਆਜ਼ਾਦ ਕਰਾਇਆ, ਵੋਟ ਪਾਉਣ ਦਾ ਸਾਨੂੰ ਹੱਕ ਦਵਾਇਆ ਆ, ਵੋਟ ਪਾਉਣੀ ਚਾਹੀਦੀ ਆ। ਜੇ ਤੁਸੀਂ ਵੋਟ ਨਹੀਂ ਪਾਈ ਕਦੀ ਅੱਜ ਤੱਕ, ਜੇ ਪਾਉਂਦੇ ਨਹੀਂ ਹੋ, ਸੋਚਦੇ ਹੋ ਕਿ ਵੋਟ ਨਹੀਂ ਪਾਉਣੀ, ਕੋਈ ਪਾਰਟੀ ਚੱਜਦੀ ਨਹੀਂ ਹੈਗੀ, ਫਿਰ ਤਾਂ ਤੁਹਾਨੂੰ ਇਹ ਚੀਜ਼ਾਂ ਕਹਿਣੀਆਂ ਵੀ ਨਹੀਂ ਚਾਹੀਦੀਆਂ। ਤੁਸੀਂ ਵੋਟ ਤਾਂ ਪਾਉਂਦੇ ਹੀ ਨਹੀਂ ਹੋ, ਕੋਈ ਪਾਰਟੀ ਫੇਰ ਹੀ ਜਿੱਤੂਗੀ। ਮੈਡਮ ਜੀ ਗੱਲ, ਕੋਈ ਹੱਕ ਨਹੀਂ ਫਿਰ ਤੁਹਾਨੂੰ ਕਹਿਣ ਦਾ ਹੈਗਾ ਹੈ ਕਿ ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਜਦ ਤੁਸੀਂ ਵੋਟ ਹੀ ਨਹੀਂ ਪਾਉਣੀ। ਵੋਟ ਪਾਓ, ਜੇ ਕੰਮ ਨਹੀਂ ਹੁੰਦਾ ਫਿਰ ਬੋਲੋ। ਨੋਟੇ ਨੂੰ ਪਾ ਦੇ, ਹੈ ਨੋਟੇ ਨੂੰ ਪਾ ਦੇ, ਜਿਹੜੇ ਨੋਟਾਂ ਨੂੰ ਪਾਉਣ ਫਿਰ ਤਾਂ ਮੈਨੂੰ ਪਤਾ ਦਿੱਤਾ, ਨੋਟਾਂ ਨੂੰ ਪਾ ਦੇ, ਨੋਟਾਂ ਨੂੰ ਤਾਂ ਪਾਉਣੀ ਨਹੀਂ ਮੈਂ, ਮੈਂ ਆਪਣੀ ਮਰਜ਼ੀ ਦਾ ਵੋਟ ਪਾਵਾਂ। ਐਂ ਭਰਾਵਾ ਕਿਸੇ ਨੂੰ ਪਾ ਦੇ, ਪਾ ਦੇ, ਪਾ ਦੋ ਵੋਟ, ਪਾਓ ਜ਼ਰੂਰ। ਮੈਂ ਤੈਨੂੰ ਦੱਸ ਕੇ ਨਹੀਂ ਪਾਉਣੀ, ਮੈਂ ਇਕੱਲਾ ਜਾਊਂ, ਮੈਨੂੰ ਕੋਈ ਗੱਡੀ ਗੁੱਡੀ ਨਹੀਂ ਚਾਹੀਦੀ, ਕੋਈ ਲੀਡਰ ਆ, ਮੈਂ ਲੱਤਾਂ ਭਰਜੂ ਉਹਨੇ ਆ ਕਰੇ, ਚਿੱਟਾ ਕੱਪੜਾ ਲੈ ਕੇ ਜਾਈਦੇ ਕਰਕੇ ਮਸ਼ੀਨ ਅੱਗੇ ਜਾ ਕੇ ਮੰਨ ਗਏ। ਇੱਦਾਂ ਹੀ ਬਹੁਤ ਆ ਕਿ ਵੋਟ ਪਾਉਣ ਦੇ ਲਈ ਮੰਨ ਗਏ ਆ, ਜਿਹੜੇ ਇਹ ਸੋਚਦੇ ਆ ਕਿ ਵੋਟ ਨਹੀਂ ਪਾਉਣੀ, ਇਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਭਾਈ ਵੋਟ ਪਾਓ, ਫਿਰ ਤੁਸੀਂ ਹੱਕ ਆਪਣੇ ਆਪ ਨੂੰ ਦਿੰਦੇ ਹੋ, ਕਿਸੇ ਨੂੰ ਕੁਛ ਕਹਿਣ ਦਾ, ਕਿਸੇ ਵੱਲ ਉਂਗਲੀ ਕਰਨ ਦਾ ਨਿਸ਼ਾਨ ਵੀ ਲਵਾਓ ਉਂਗਲੀ 'ਤੇ, ਜਿੱਦਾਂ ਬਾਪੂ ਜੀ ਮੰਨ ਗਏ, ਤੁਸੀਂ ਵੀ ਮੰਨੋ। ਬਾਕੀ ਪ੍ਰੋਗਰਾਮ ਕਿਵੇਂ ਦਾ ਲੱਗਾ ਉਹਦੇ ਬਾਰੇ ਕਮੈਂਟ ਕਰਕੇ ਦੱਸਿਓ, ਜੇ ਕੋਈ ਤੁਹਾਡੀ ਰਾਏ ਆ ਉਹ ਵੀ ਦੱਸਿਓ, ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ। ਹੁਣ ਮੈਨੂੰ ਨੀਲਮ ਕੁਈਨ ਨੂੰ ਦੋ ਇਜਾਜ਼ਤ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਜੀ, ਵੋਟ ਪਾਇਓ, ਮੇਰੀ ਪ੍ਰਾਈਮ ਏਸ਼ੀਆ ਦੀ ਫੋਟੋ ਵੀ ਚਲਾ ਦਿਓ ਕਿ ਮੈਂ ਵੋਟ ਪਾਈ ਆ।